ਕਪੂਰਥਲਾ ਦੇ ਵਿੱਚ ਵਿਦੇਸ਼ੀ ਨੂੰ ਦੇ ਕਤਲ ਮਾਮਲੇ 'ਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ, ਜਿਸ ਦੇ ਵਿੱਚ ਗ੍ਰਿਫਤਾਰ ਕੀਤੇ ਸੱਸ ਸਹੁਰੇ ਨੂੰ ਹੁਣ 3 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਅਮਰੀਕਾ ਤੋਂ ਲੋਹੜੀ ਤੋਂ 1 ਦਿਨ ਪਹਿਲਾਂ ਇਹ ਵਿਦੇਸ਼ੀ ਨੂੰ ਆਪਣੇ ਸਹੁਰੇ ਪੰਜਾਬ ਆਈ ਸੀ। ਕਿਹਾ ਜਾ ਰਿਹਾ ਕਿ ਪਤੀ ਨੇ ਜਾਣ ਬੁੱਝ ਕੇ ਬਹਾਨਾ ਲਾ ਕੇ ਕਿਹਾ ਸੀ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਪੰਜਾਬ ਭੇਜ ਦਿੰਦਾ ਅਤੇ ਪੰਜਾਬ ਆ ਕੇ ਉਸਦੀ 20 ਤਰੀਕ ਨੂੰ ਕਿਹਾ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ। ਹਾਲਾਂਕਿ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਸਹੁਰੇ ਪਰਿਵਾਰ ਅਤੇ ਲੜਕੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਦੋਂ ਦੋਵਾਂ ਦੇ ਬਿਆਨ ਅਲੱਗ ਅਲੱਗ ਹੋਣ ਦੇ ਕਾਰਨ ਉਹ ਪੰਜਾਬ ਆਉਂਦੇ ਨੇ। ਕਈ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣੇ ਦੇ ਵਿੱਚ ਧਰਨਾ ਲਾਇਆ ਜਾਂਦਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੱਸ ਸਹੁਰੇ ਅਤੇ ਪਤੀ ਦੇ ਉੱਤੇ ਮਾਮਲਾ ਦਰਜ ਕਰਕੇ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਅਤੇ ਦੱਸ ਦਈਏ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਲਾ ਘੋਟ ਕੇ ਔਰਤ ਦੀ ਹੱਤਿਆ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਹੁਣ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਹਨਾਂ ਦਾ 3 ਦਿਨ ਦਾ ਹੋਰ ਰਿਮਾਂਡ ਵਧਿਆ। ਅਤੇ ਦੂਜੇ ਪਾਸੇ ਹੁਣ ਮ੍ਰਿਤਕ ਦੀ ਜੋ ਲਾਸ਼ ਹੈ ਉਹ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਵੀ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬੇਹੱਦ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਕਪੂਰਥਲਾ ਦੇ ਵਿੱਚ ਵਾਪਰੀ ਸੀ, ਜਿੱਥੇ ਕਿ ਇੱਕ ਸੱਸ ਸਹੁਰੇ ਦੇ ਵੱਲੋਂ ਆਪਣੀ ਵਿਦੇਸ਼ੀ ਨੂੰ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕਾ ਦੀ ਸਿਟੀਜਨ ਸੀ ਰਾਜਦੀਪ ਕੌਰ ਅਤੇ ਪਤੀ ਦੇ ਵੱਲੋਂ ਹੀ ਬਹਾਨਾ ਲਗਾ ਕੇ ਅਮਰੀਕਾ ਤੋਂ ਪੰਜਾਬ ਭੇਜਿਆ ਜਾਂਦਾ। ਲੋਹੜੀ ਤੋਂ 1 ਦਿਨ ਪਹਿਲਾਂ ਇਹ ਪੰਜਾਬ ਆਈ ਸੀ ਅਤੇ ਕਿਹਾ ਜਾ ਰਿਹਾ ਕਿ 20 ਤਰੀਕ ਨੂੰ ਇਸਦੀ ਮੌਤ ਹੋ ਜਾਂਦੀ ਹੈ। ਅਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲੜਕੀ ਦੇ ਪੰਜਾਬ ਆਉਂਦੇ ਨੇ, ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕਿਹਾ ਜਾ ਰਿਹਾ ਕਿ ਥਾਣੇ ਦੇ ਵਿੱਚ ਧਰਨਾ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਮਾਮਲਾ ਦਰਜ ਹੁੰਦਾ। ਕਪੂਰਥਲਾ ਦੇ ਵਿੱਚ ਵਿਦੇਸ਼ੀ ਨੂੰ ਦੇ ਕਤਲ ਮਾਮਲੇ 'ਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ, ਜਿਸ ਦੇ ਵਿੱਚ ਗ੍ਰਿਫਤਾਰ ਕੀਤੇ ਸੱਸ ਸਹੁਰੇ ਨੂੰ ਹੁਣ 3 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਅਮਰੀਕਾ ਤੋਂ ਲੋਹੜੀ ਤੋਂ 1 ਦਿਨ ਪਹਿਲਾਂ ਇਹ ਵਿਦੇਸ਼ੀ ਨੂੰ ਆਪਣੇ ਸਹੁਰੇ ਪੰਜਾਬ ਆਈ ਸੀ। ਕਿਹਾ ਜਾ ਰਿਹਾ ਕਿ ਪਤੀ ਨੇ ਜਾਣ ਬੁੱਝ ਕੇ ਬਹਾਨਾ ਲਾ ਕੇ ਕਿਹਾ ਸੀ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਪੰਜਾਬ ਭੇਜ ਦਿੰਦਾ ਅਤੇ ਪੰਜਾਬ ਆ ਕੇ ਉਸਦੀ 20 ਤਰੀਕ ਨੂੰ ਕਿਹਾ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ। ਹਾਲਾਂਕਿ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਸਹੁਰੇ ਪਰਿਵਾਰ ਅਤੇ ਲੜਕੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਦੋਂ ਦੋਵਾਂ ਦੇ ਬਿਆਨ ਅਲੱਗ ਅਲੱਗ ਹੋਣ ਦੇ ਕਾਰਨ ਉਹ ਪੰਜਾਬ ਆਉਂਦੇ ਨੇ। ਕਈ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣੇ ਦੇ ਵਿੱਚ ਧਰਨਾ ਲਾਇਆ ਜਾਂਦਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੱਸ ਸਹੁਰੇ ਅਤੇ ਪਤੀ ਦੇ ਉੱਤੇ ਮਾਮਲਾ ਦਰਜ ਕਰਕੇ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਅਤੇ ਦੱਸ ਦਈਏ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਲਾ ਘੋਟ ਕੇ ਔਰਤ ਦੀ ਹੱਤਿਆ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਹੁਣ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਹਨਾਂ ਦਾ 3 ਦਿਨ ਦਾ ਹੋਰ ਰਿਮਾਂਡ ਵਧਿਆ। ਅਤੇ ਦੂਜੇ ਪਾਸੇ ਹੁਣ ਮ੍ਰਿਤਕ ਦੀ ਜੋ ਲਾਸ਼ ਹੈ ਉਹ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਵੀ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬੇਹੱਦ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਕਪੂਰਥਲਾ ਦੇ ਵਿੱਚ ਵਾਪਰੀ ਸੀ, ਜਿੱਥੇ ਕਿ ਇੱਕ ਸੱਸ ਸਹੁਰੇ ਦੇ ਵੱਲੋਂ ਆਪਣੀ ਵਿਦੇਸ਼ੀ ਨੂੰ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕਾ ਦੀ ਸਿਟੀਜਨ ਸੀ ਰਾਜਦੀਪ ਕੌਰ ਅਤੇ ਪਤੀ ਦੇ ਵੱਲੋਂ ਹੀ ਬਹਾਨਾ ਲਗਾ ਕੇ ਅਮਰੀਕਾ ਤੋਂ ਪੰਜਾਬ ਭੇਜਿਆ ਜਾਂਦਾ। ਲੋਹੜੀ ਤੋਂ 1 ਦਿਨ ਪਹਿਲਾਂ ਇਹ ਪੰਜਾਬ ਆਈ ਸੀ ਅਤੇ ਕਿਹਾ ਜਾ ਰਿਹਾ ਕਿ 20 ਤਰੀਕ ਨੂੰ ਇਸਦੀ ਮੌਤ ਹੋ ਜਾਂਦੀ ਹੈ। ਅਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲੜਕੀ ਦੇ ਪੰਜਾਬ ਆਉਂਦੇ ਨੇ, ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕਿਹਾ ਜਾ ਰਿਹਾ ਕਿ ਥਾਣੇ ਦੇ ਵਿੱਚ ਧਰਨਾ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਮਾਮਲਾ ਦਰਜ ਹੁੰਦਾ।